ਅੱਜ ਦਾ ਦਿਨ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਇੱਕ ਬਹੁਤ ਹੀ ਅਹਿਮ ਦਿਨ ਹੈ। 14 ਅਪ੍ਰੈਲ 1891 ਨੂੰ ਭੀਮ ਰਾਓ ਰਾਮਜੀ ਅੰਬੇਦਕਰ ਦਾ ਜਨਮ ਹੋਇਆ। ਦਸੰਬਰ 1956 ਦੇ ਵਿੱਚ ਉਹ ਸਾਡੇ ਵਿੱਚੋਂ ਚਲੇ ਗਏ। ਇਸ ਪੀਰੀਅਡ ਦੇ ਦੌਰਾਨ ਇੱਕ ਇਹੋ ਜਿਹੀ ਸ਼ਖਸੀਅਤ ਪੈਦਾ ਹੋਈ ਜਿਹਨੇ ਹਿੰਦੁਸਤਾਨ ਦਾ ਕੌਂਸਟੀਟਿਊਸ਼ਨ ਲਿਖਿਆ। ਹਿੰਦੁਸਤਾਨ ਦੇ ਪਹਿਲੇ ਇੰਡੀਪੈਂਡੈਂਟ ਆਜ਼ਾਦ ਦੇਸ਼ ਦੇ ਲਾਅ ਮਿਨਿਸਟਰ ਬਣੇ। ਕਰੂਸੇਡਰ ਕਹਾਂ ਤਾਂ ਕੋਈ ਅਤਕਥਨੀ ਨਹੀਂ ਹੋਏਗੀ। ਸੋਸ਼ਲ ਰਿਫੋਰਮਸ ਜਿਹਦੇ ਵਿੱਚ ਐਜੂਕੇਸ਼ਨ, ਔਰਤਾਂ ਦੇ ਹੱਕਾਂ ਦੀ ਰਾਖੀ ਕਰਨਾ, ਸੋਸ਼ਲ ਸਟਰਕਚਰ ਨੂੰ ਜ਼ਿੰਦਾ ਰੱਖਣਾ, ਗਰੀਬ ਭਾਈਚਾਰਾ ਜਿਹੜਾ ਬਹੁਤ ਹੀ ਪਛੜਿਆ ਹੋਇਆ ਸੀ ਉਹਦੇ ਹੱਕਾਂ ਨੂੰ ਕੌਂਸਟੀਟਿਊਸ਼ਨ ਦੇ ਵਿੱਚ ਰੱਖਣਾ, ਇਹ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਿਹੜਾ ਕੰਟਰੀਬਿਊਸ਼ਨ। ਲਫ਼ਜ਼ ਨਹੀਂ ਲੱਭਦੇ ਇਹੋ ਜਿਹੀ ਸ਼ਖਸੀਅਤ, ਇਹੋ ਜਿਹਾ ਹਿੰਦੁਸਤਾਨ ਦਾ ਸਭ ਤੋਂ ਪੜ੍ਹਿਆ ਲਿਖਿਆ ਵਿਅਕਤੀ ਜਿਹਨੇ ਦੇਸ਼ ਦੀ ਆਜ਼ਾਦੀ ਵਿੱਚ ਵੀ ਹਿੱਸਾ ਪਾਇਆ, ਦੇਸ਼ ਦਾ ਲਾਅ ਵੀ ਬਣਾਇਆ ਅਤੇ ਜਿਹੜੀ ਸੋਸ਼ਲ ਰਿਫੋਰਮਸ ਮੈਕਸੀਮਮ ਭੀਮ ਰਾਓ ਅੰਬੇਦਕਰ ਜੀ ਨੇ। ਮੈਂ ਅੱਜ ਦੇ ਦਿਹਾੜੇ ਦੇ ਉੱਤੇ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਅਤੇ ਬੇਨਤੀ ਕਰਨੀ ਚਾਹੁੰਦਾ ਕਿ ਭੀਮ ਰਾਓ ਅੰਬੇਦਕਰ ਜੀ ਜਿਨ੍ਹਾਂ ਨੇ ਹਿੰਦੁਸਤਾਨ ਦਾ ਕਾਨੂੰਨ ਲਿਖਿਆ, ਜਿਹੜੇ ਸੰਵਿਧਾਨ ਦੇ ਨਾਲ ਅੱਜ ਹਿੰਦੁਸਤਾਨ ਚੱਲ ਰਿਹਾ, ਉਹਨਾਂ ਦੀ ਹਿਸਟਰੀ ਪੜ੍ਹੀਏ, ਉਹਨਾਂ ਦੀ ਪੜ੍ਹਾਈ ਲਿਖਾਈ ਬਾਰੇ ਪੜ੍ਹੀਏ, ਉਹਨਾਂ ਨੇ ਸੋਸ਼ਲ ਰਿਫੋਰਮ ਦੇ ਵਾਸਤੇ ਕੀ ਕੀਤਾ ਉਹਨਾਂ ਵਾਸਤੇ ਪੜ੍ਹੀਏ। ਇਹੀ ਸੱਚੀ ਸ਼ਰਧਾਂਜਲੀ ਹੋਏਗੀ ਉਸ ਸ਼ਖਸੀਅਤ ਲਈ ਜਿਹਨੇ ਹਿੰਦੁਸਤਾਨ ਦਾ ਸੰਵਿਧਾਨ ਰਚਿਆ। ਧੰਨਵਾਦ। ਜੈ ਹਿੰਦ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।